ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਕੁਲਜੀਤ ਸਿੰਘ ਜੀ ਕਢਾਣੀ ਕਲਾ ਤੋਂ। ਕੁਲਜੀਤ ਸਿੰਘ ਜੀ ਕੀ ਹੋਇਆ ਤੁਹਾਡੇ ਨਾਲ, ਕਿਹੜੀ ਇਹ ਬੈਂਕ ਪਿੱਟ ਤੇ ਜੀ ਰੁਪਾਲੀ ਸਾਹੂ ਲੁਧਿਆਣੇ ਇਹਨਾਂ ਦਾ ਆਫਿਸ ਖੋਲਿਆ ਸੀ ਬਾਹਰ ਭੇਜਣ ਲਈ ਲੋਕਾਂ ਨੂੰ। ਉੱਥੇ ਅਸੀਂ ਆਫਿਸ ਵਿੱਚ ਗਏ ਅਤੇ ਸਾਨੂੰ ਇਹਨਾਂ ਨੇ ਕਿਹਾ ਵੀ ਤੁਹਾਨੂੰ ਬਾਹਰ ਭੇਜ ਦਾਂਗੇ, ਸਾਡੇ ਤੋਂ 21,80,000 ਰੁਪਈਆ ਇਹਨਾਂ ਨੇ ਲੈ ਲਿਆ। ਉਦੋਂ ਬਾਅਦ ਨਾ ਸਾਨੂੰ ਬਾਹਰ ਤੋਰਿਆ ਨਾ ਇੱਥੇ ਤੋਰਿਆ ਜੀ, ਇੱਥੋਂ ਇਹ ਆਫਿਸ ਬਦਲ ਕੇ ਦੂਜੇ ਆਫਿਸ ਚਲੇ ਗਏ, ਦੂਜੇ ਆਫਿਸ ਤੋਂ ਤੀਜੇ ਆਫਿਸ ਚਲੇ ਗਏ ਜੀ। ਕੁਲਜੀਤ ਸਿੰਘ ਜੀ ਕਢਾਣੀ ਕਲਾ ਤੋਂ। ਕੁਲਜੀਤ ਸਿੰਘ ਜੀ ਕੀ ਹੋਇਆ ਤੁਹਾਡੇ ਨਾਲ, ਕਿਹੜੀ ਇਹ ਬੈਂਕ ਪਿੱਟ ਤੇ ਜੀ ਰੁਪਾਲੀ ਸਾਹੂ ਲੁਧਿਆਣੇ ਇਹਨਾਂ ਦਾ ਆਫਿਸ ਖੋਲਿਆ ਸੀ ਬਾਹਰ ਭੇਜਣ ਲਈ ਲੋਕਾਂ ਨੂੰ। ਉੱਥੇ ਅਸੀਂ ਆਫਿਸ ਵਿੱਚ ਗਏ ਅਤੇ ਸਾਨੂੰ ਇਹਨਾਂ ਨੇ ਕਿਹਾ ਵੀ ਤੁਹਾਨੂੰ ਬਾਹਰ ਭੇਜ ਦਾਂਗੇ, ਸਾਡੇ ਤੋਂ 21,80,000 ਰੁਪਈਆ ਇਹਨਾਂ ਨੇ ਲੈ ਲਿਆ। ਉਦੋਂ ਬਾਅਦ ਨਾ ਸਾਨੂੰ ਬਾਹਰ ਤੋਰਿਆ ਨਾ ਇੱਥੇ ਤੋਰਿਆ ਜੀ, ਇੱਥੋਂ ਇਹ ਆਫਿਸ ਬਦਲ ਕੇ ਦੂਜੇ ਆਫਿਸ ਚਲੇ ਗਏ, ਦੂਜੇ ਆਫਿਸ ਤੋਂ ਤੀਜੇ ਆਫਿਸ ਚਲੇ ਗਏ ਜੀ। ਫਿਰ ਇਹ ਭੱਜ ਕੇ ਦੇਹਰਾਦੂਨ ਚਲੇ ਗਏ ਜੀ। ਦੇਹਰਾਦੂਨ ਵੀ ਇਹਨਾਂ ਨੇ ਇੱਕ ਘਰ ਛੱਡ ਕੇ ਜੀ ਦੂਜਾ ਘਰ ਕਿਰਾਏ 'ਤੇ ਲੈ ਲਿਆ ਜੀ। ਉਦੋਂ ਬਾਅਦ ਇਹਨਾਂ ਨੇ ਦੂਜੇ ਘਰ ਦੇ ਵਿੱਚੋਂ ਵੀ ਸ਼ਿਫਟ ਕਰਕੇ ਤੀਜੇ ਘਰ ਚਲੇ ਗਏ ਜੀ, ਉੱਥੋਂ ਜਾ ਕੇ ਪੁਲਿਸ ਨੇ ਇਹ ਫੜੇ ਨੇ ਜੀ। ਕਿੱਥੇ ਦੇ ਰਹਿਣ ਵਾਲੇ ਬੰਦੇ ਨੇ ਜਿਹੜੇ? ਇਹ ਦੇਹਰਾਦੂਨ ਦੇ ਨੇ ਜੀ, ਰੁਪਾਲੀ ਦੇਹਰਾਦੂਨ ਤੋਂ ਆ, ਕ੍ਰੈਗ ਪਿੱਟ ਕੈਨੇਡਾ ਤੋਂ ਆ ਜੀ। ਅਤੇ ਕੈਨੇਡਾ ਦਾ ਰਹਿਣ ਵਾਲਾ ਕਿਵੇਂ ਚਾਂਸੇ ਜਾਏ ਤੁਸੀਂ ਇਹਨਾਂ ਦੇ? ਸਾਨੂੰ ਦੱਸਿਆ ਵੀ ਤੁਸੀਂ ਸਾਡੇ, ਇਹਨਾਂ ਦਾ ਲੁਧਿਆਣੇ ਦਫ਼ਤਰ ਸੀਗਾ ਜੀ, ਇਹਨਾਂ ਨੇ ਕਿਹਾ ਵੀ ਸਾਡੇ ਆਫਿਸ ਆਓ, ਤੁਹਾਨੂੰ ਅਸੀਂ ਕੈਨੇਡਾ ਤੋਰ ਦਾਂਗੇ। ਅਸੀਂ ਆਫਿਸ ਚਲੇ ਗਏ, ਸਾਡੇ ਤੋਂ ਪਹਿਲਾਂ 30,000 ਰੁਪਈਆ ਲਿਆ ਫੀਸ ਦਾ, ਉਦੋਂ ਬਾਅਦ ਇਹਨਾਂ ਨੇ ਸਾਡੇ ਤੋਂ 5,00,000 ਰੁਪਈਆ ਲਿਆ ਜੀ। ਉਦੋਂ ਬਾਅਦ 14,00,000 ਰੁਪਈਆ ਸਾਡੇ ਤੋਂ ਬਾਹਰ ਕੈਨੇਡਾ ਟ੍ਰਾਂਸਫਰ ਕਰਵਾਇਆ ਜੀ ਇਹਨਾਂ ਨੇ। ਸਾਰਾ ਕੁਛ ਇਹਨਾਂ ਦੇ ਦੱਸਣ 'ਤੇ ਅਸੀਂ ਕੀਤਾ ਅਤੇ ਸਾਨੂੰ 1 ਰੁਪਈਆ ਵੀ ਨਹੀਂ ਵਾਪਸ ਵੀ ਨਹੀਂ ਕੀਤਾ ਅਤੇ ਆਪ ਵੀ ਹੋ ਇਹਨਾਂ ਨੇ। ਅਤੇ ਜਿਹੜਾ ਕੈਨੇਡਾ ਦਾ ਰਹਿਣ ਵਾਲਾ ਕੀ ਆਪ ਮਿਲਿਆ ਸੀ ਤੁਹਾਨੂੰ, ਅਤੇ ਇਹਦੇ ਨਾਲ ਕੀ ਹੋਈ ਗੱਲ ਵਾ? ਨਹੀਂ, ਇਹ ਸਾਨੂੰ ਦਫ਼ਤਰ ਵਿੱਚ ਲੁਧਿਆਣੇ ਵਿੱਚ ਮਿਲੇ ਸੀ। ਕੌਣ ਹੈਗਾ ਕੀ ਕੈਨੇਡਾ ਦਾ, ਗੋਰਾ ਕੀ ਆ? ਗੋਰਾ ਜੀ, ਕੈਨੇਡਾ ਤੋਂ ਜੀ। ਅੱਛਾ ਜੀ। ਹਾਂਜੀ, ਉੱਥੇ ਇਹਨੇ ਦੱਸਿਆ ਮੇਰਾ ਭਾਈ ਵਕੀਲ ਆ ਜੀ, ਉਹ ਵਕੀਲ ਨੇ ਦੱਸਣ ਤੋਂ ਬਾਅਦ ਸਾਨੂੰ ਅਸੀਂ ਇਹਦੇ ਝਾਂਸੇ ਵਿੱਚ ਆ ਗਏ ਵੀ ਬਾਹਰ ਤੋਂ ਆਇਆ ਹੋਇਆ ਕੈਨੇਡਾ ਦਾ ਰਹਿਣ ਵਾਲਾ ਵੀ ਗੋਰਾ, ਉਹਦੇ ਕਰਕੇ ਅਸੀਂ ਇਹਦੇ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਕੈਨੇਡਾ ਦਾ ਹੀ ਆ ਜੀ? ਸਾਨੂੰ ਇਹਦੇ ਬਾਅਦ 'ਚ ਪਤਾ ਲੱਗਿਆ, ਰੁਪਾਲੀ ਸਾਹੂ ਨੇ ਜਦ ਇਹਨਾਂ ਨੇ ਆਪ ਦੱਸਣ 'ਤੇ ਹੀ ਪਤਾ ਲੱਗਿਆ ਵੀ ਅਸੀਂ ਕੈਨੇਡਾ ਦਾ ਰਹਿਣ ਵਾਲਾ ਜੀ। ਤੁਹਾਨੂੰ ਮੇਰਾ ਬ੍ਰਦਰ ਉੱਥੇ ਵਕੀਲ ਆ, ਉਹ ਕਾਗਜ਼ਾਂ ਦਾ ਕੰਮ ਕਰਕੇ ਸਾਨੂੰ ਬਾਹਰ ਭੇਜੂਗਾ ਜੀ। ਜਿਹੜੇ ਪੈਸੇ ਨਾਲ ਸੀਗੀ ਗਗਨ ਘੁੰਮਣ ਸੀਗੀ ਕੋਈ ਪੰਜਾਬਣ ਜੀ। ਜਿਹੜੇ ਪੈਸੇ ਤੁਸੀਂ ਦਿੱਤੇ ਨੇ ਉਹ ਕਿਸ ਤਰੀਕੇ ਨਾਲ ਦਿੱਤੇ ਸੀ? ਪੈਸੇ 14,00,000 ਤਾਂ ਅਸੀਂ ਇਹਨਾਂ ਦੇ ਬਾਹਰ ਖਾਤੇ ਟ੍ਰਾਂਸਫਰ ਕੀਤਾ ਜੀ, ਅਤੇ ਬਾਕੀ ਪੈਸੇ ਇੱਥੇ ਕੁਛ ਕੈਸ਼ ਦਿੱਤੇ ਅਤੇ ਕੁਛ ਇਹਨਾਂ ਨੂੰ ਅਸੀਂ ਰਸੀਦਾਂ ਦਿੱਤੀਆਂ ਜੀ ਉੱਥੇ ਸਾਨੂੰ ਦੀਆਂ ਬੈਂਕ ਰਾਹੀਂ ਟ੍ਰਾਂਸਫਰ ਹੋਏ। ਕੁਛ ਅਸੀਂ ਇੱਥੋਂ ਦਰਾਹੇ ਤੋਂ ਨੈੱਟ ਬੈਂਕਿੰਗ ਤੋਂ ਟ੍ਰਾਂਸਫਰ ਕੀਤੀ। ਕਿੱਥੇ ਫਿਰ ਤੁਸੀਂ ਸ਼ਿਕਾਇਤ ਕਿੱਥੇ ਕਰੇ? ਸ਼ਿਕਾਇਤ ਅਸੀਂ SSP ਆਫਿਸ ਕੀਤੀ ਜੀ, ਸਾਲ ਪਹਿਲਾਂ ਸ਼ਿਕਾਇਤ ਕੀਤੀ ਜੀ। ਅਤੇ ਹੁਣ ਬੰਦੇ ਹੁਣ ਸਾਲ ਬਾਅਦ ਇਹ ਅਰੈਸਟ ਹੋਏ ਨੇ ਜੀ। ਉਦੋਂ ਬਾਅਦ ਕਦੇ ਕਿਤੇ ਭੱਜ ਜਾਂਦੇ ਜੀ, ਪੁਲਿਸ ਨੇ 2-3 ਗੇਰ ਰੇਡ ਕੀਤੀ, ਬਸ ਕਦੇ ਕਿਤੇ ਫਰਾਰ ਜੀ, ਕਦੇ ਕਿਤੇ ਠੀਕ ਹੈ ਨਹੀਂ ਮਿਲੇ ਜੀ ਰੇਡ ਦੇ ਉੱਪਰ। ਠੀਕ ਹੈ ਜੀ, ਕੀ ਹੈ ਕੀ ਮਾਮਲਾ ਸੀਗਾ ਜੀ? ਇਹ ਬਾਹਰਲੇ ਦੇਸ਼ ਭੇਜਣ ਦਾ, ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਠੱਗੀਆਂ ਮਾਰਦੇ ਜੀ। ਆਪਣੇ ਕੁਲਜੀਤ ਸਿੰਘ ਕਢਾਣੀ ਦਾ ਸੀ, ਉਹਦੇ ਨਾਲ ਠੱਗੀ ਮਾਰੀਆਂ ਨੇ 2,00,000 ਦੀ, ਠੀਕ ਹੈ ਜੀ। ਇਹਨਾਂ ਦੇ ਪੱਟੇ ਦਾ ਹੋਇਆ ਸੀ, ਅਸੀਂ ਇਹਨੂੰ ਦੇਹਰਾਦੂਨ ਤੋਂ ਫੜ ਲਿਆ, ਬਰੰਟ ਤੋਂ ਲੈ ਕੇ ਅਦਾਲਤ ਤੋਂ, ਠੀਕ ਹੈ, ਪੇਸ਼ ਕਰ ਰਹੇ ਹਾਂ, ਰਿਮਾਂਡ ਲੈ ਲਿਆ ਸੀ, ਅੱਜ ਫੇਰ ਦੁਬਾਰਾ ਪੇਸ਼ ਕਰ। ਕੌਣ ਕੌਣ ਨੇ ਜਿਹੜੇ ਫੜੇ ਨੇ, ਕਿੱਥੇ ਦੇ ਰਹਿਣ ਵਾਲੇ ਨੇ? ਇਹ ਦੇਹਰਾਦੂਨ ਤੋਂ ਨੇ, ਲੇਡੀਜ਼ ਆ ਜਿਹੜੀ, ਅਤੇ ਜਿਹੜਾ ਬੰਦਾ ਉਹ ਹੈ ਫੋਰਨਰ ਆ, ਪਰ ਇਹਦੇ ਨਾਲ ਇਹਦੀ ਮੈਰਿਜ ਕੀਤੀ ਹੋਈ ਆ ਕੁੜੀ ਨਾਲ। ਕਿੱਥੇ ਦਾ, ਕਿਹੜੇ ਦੇਸ਼ ਦਾ? ਕੈਨੇਡੀਅਨ ਦਾ, ਕੈਨੇਡੀਅਨ। ਕਿਹੜੇ ਨਾਂ 'ਤੇ ਜਿਹੜਾ ਇਹ ਟਰੈਵਲ ਏਜੰਟ ਦਾ ਚਲਾਉਂਦੇ ਸੀ ਜੀ? ਕ੍ਰੈਗਰ ਇੰਡੀਆ। ਹਾਂਜੀ, ਕ੍ਰੈਗਰ ਇੰਡੀਆ ਲਿਮਟਿਡ। ਕ੍ਰੈਗਰ ਇੰਡੀਆ ਲਿਮਟਿਡ ਜੀ। ਅਤੇ ਇਹ ਰੈਸਟ ਦੇਹਰਾਦੂਨ ਤੋਂ, ਦੇਹਰਾਦੂਨ ਕਿੰਨੇ ਐਫਆਰ ਹੈ? 115 ਵਟੇ। ਕਿੰਨੇ ਲੱਖ ਦੀ ਜਿਹੜੀ ਠੱਗੀ ਲਾਈ ਹੈ ਜੀ ਇਹਨਾਂ ਨੇ ਕੈਨੇਡਾ ਭੇਜਣ? 21,00,000। ਹਾਂਜੀ, 21,00,000। ਇਹਨਾਂ ਤੋਂ ਹੋਰ ਵੀ, ਇਸ ਤੋਂ ਇਲਾਵਾ ਵੀ ਕੇਸ ਨੇ ਕੋਈ? ਅਜੇ ਕੋਈ ਗੱਲ ਪੁੱਛਦੇ ਆ ਜੀ, ਪਤਾ ਕਰ ਰਹੇ ਆ, ਕੋਈ ਗੱਲਬਾਤ ਨਹੀਂ ਹੋਈ। ਅਤੇ ਜਿਹੜਾ ਇਹ ਗੋਰਾ, ਇਹ ਉਰੇ ਦਾ ਰਹਿਣ ਵਾਲਾ, ਇੱਕ ਪੱਕਾ ਹੀ ਉੱਥੇ ਰਹਿੰਦਾ, ਕਿੱਥੇ ਕੀ ਸਿਸਟਮ ਆ ਜੀ ਇਹਦਾ? ਇਹ ਪੱਕਾ ਕੈਨੇਡੀਅਨ ਆ ਜੀ, ਇਹਦੇ ਨਾਲ ਮੈਰਿਜ ਕੀਤੇ ਘੁੰਮਣ ਆਇਆ, ਇਹਦੇ ਨਾਲ ਕਿਤੇ ਮੈਰਿਜ ਕਰਾ ਲਈ ਕੁੜੀ ਨਾਲ, ਰੁਪਾਲੀ ਨਾਲ। ਪਿਆ ਹੈਗਾ ਇੱਥੇ ਦਾ ਇੰਡੀਆ ਦਾ, ਇਹਦੇ ਬਾਰੇ ਕਲੈਰੀਫਾਈ ਕਰ ਰਹੇ ਹਾਂ। ਅਤੇ ਜਿਹੜੇ ਇੱਥੇ ਇਹਨਾਂ ਨੇ ਦਫ਼ਤਰ ਵੀ ਬਣਾਏ ਸੀ ਉਰੇ ਲੁਧਿਆਣੇ ਜਾਂ ਕਿੱਥੇ ਕਿੱਥੇ? ਹਾਂਜੀ ਹਾਂਜੀ, ਹਰਿਆਣਾ ਹੀ, ਹੋਰ ਨਹੀਂ ਕਿਸੇ ਪਾਸੇ ਹੈਗਾ। ਨਹੀਂ, ਪਹਿਲਾਂ ਇਹ ਅੱਜ ਤੱਕ ਪੁਲਿਸ ਰਿਮਾਂਡ ਸੀ, 12 ਨੂੰ ਫੜੇ ਸੀ, 13 ਨੂੰ ਪੇਸ਼ ਕਰਕੇ ਅੱਜ ਤੱਕ ਪੁਲਿਸ ਰਿਮਾਂਡ ਲਿਆ ਸੀ ਨਾ। ਠੀਕ, ਇਹਨੂੰ ਕੀ ਬਰਾਮਦ ਕੀਤਾ ਗਿਆ? ਇਹਨੂੰ ਤੋਂ ਹੁਣ ਤੱਕ ਇਹਦੇ ਆਪਣੇ ਹੋਰ ਕੋਈ ਰਿਕਵਰੀ ਨਹੀਂ ਹੋ ਸਕੀ ਅੱਜ ਤੱਕ।
ਹਜੇ ਤੱਕ ਇਹ ਤੋਂ ਅਸੀਂ ਜਿਹੜਾ ਦਫ਼ਤਰ ਖੋਲਿਆ ਸੀ ਉਸ ਸੰਬੰਧੀ ਅਸੀਂ ਤਫਤੀਸ਼ ਕਰਕੇ ਆਏ, ਜਿਹੜਾ ਉੱਥੇ ਦਾ ਸਮਾਨ ਪਿਆ ਸੀਗਾ ਕੰਪਿਊਟਰ ਵਗੈਰਾ ਲੈਪਟੋਪ ਵਗੈਰਾ ਸਕੈਨਰ ਵਗੈਰਾ ਉਹ ਸਾਰੇ ਅਸੀਂ ਰਿਕਵਰ ਕਰ ਲੈ ਕਾਬਜ਼ੇ ਚ ਟੋਟਲ ਠੱਗੀ ਹੈਗੀ ਹੁਣ ਤੁਸੀਂ ਮੰਗਿਆ ਸੀ 21 ਲੱਖ ਲੈ ਗਏ ਸੀ ਠੀਕ ਹੈ ਹੋ ਸਕਦਾ ਜੀ ਹੋ ਸਕਦਾ ਜੀ ਕੁਛ ਨੈਟਵਰਕ ਕਾਫੀ ਸਟਰੋਂਗ ਹੈ ਇਹਨਾਂ ਦਾ ਕਰੋਨਾ ਦੇ ਵਿੱਚ ਗੇਮ ਘੁੰਮੀ ਹੋਈ ਹੈ ਹੋ ਸਕਦਾ ਜੀ ਹੋ ਸਕਦਾ ਇਸ ਚੀਜ਼ ਨੂੰ ਤੁਸੀਂ ਇਨਕਾਰ ਨਹੀਂ ਕਰਦੇ ਹੈਗਾ ਜੀ ਹੋਊਗਾ ਅਸੀਂ ਨਹੀਂ ਕਹਿ ਸਕਦੇ ਪਰ ਸਾਡੇ ਨੋਟਸ ਵਿੱਚ ਕੋਈ ਨਹੀਂ ਆਇਆ ਜੇ ਹੋਇਆ ਤਾਂ ਦੂਏ ਆਪਣੇ ਸ਼ਹਿਰ ਦਾ ਕੋਈ ਨਹੀਂ ਬਾਹਰਲੇ ਸ਼ਹਿਰਾਂ ਦੇ ਹੋਣਗੇ ਨਹੀਂ ਖੰਨੇ ਦਾ ਜੀ ਹੋ ਸਕਦਾ ਜੀ ਹੋਵੇ ਕੋਈ ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ ਵਸ਼ੀਕਰਨ ਕਰਨਾ ਮੁੱਠੀਕਰਨ ਕਰਨਾ ਜਾਂ ਤੜਵਾਉਣਾ ਵਿਦੇਸ਼ ਯਾਤਰਾ ਵਿੱਚ ਰੁਕਾਵਟ ਪੀਆਰ ਵਿੱਚ ਰੁਕਾਵਟ ਲਵ ਮੈਰਿਜ ਪਿਆਰ ਚ ਰੁਕਾਵਟ ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ ਚ ਹਨ ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ ਲਾਟਰੀ ਚਾਹੇ ਕੋਈ ਵੀ ਹੋਵੇ 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ ਚ ਗਰੰਟੀ ਨਾਲ ਕਰਾਓ ਕਰੋ ਸੰਪਰਕ ਬੀਬੀ ਰਾਜਵਿੰਦਰ 81 466 77 009 ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਪੰਡਿਤ ਰਾਕੇਸ਼ ਜੀ ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ 2 ਘੰਟੇ ਵਿੱਚ ਘਰ ਬੈਠੇ ਹਰ ਪਰੇਸ਼ਾਨੀ ਦਾ ਹੱਲ ਪਾਓ ਵਸ਼ੀਕਰਨ ਕਰਨਾ ਜਾਂ ਤੋੜਨਾ ਪਿਆਰ ਵਿੱਚ ਧੋਖਾ ਲਵ ਮੈਰਿਜ ਪਤੀ ਪਤਨੀ ਵਿੱਚ ਅਣਬਣ ਸੌਤਨ ਦੁਸ਼ਮਣ ਦਾ ਨਾਸ਼ ਹਰ ਤਰ੍ਹਾਂ ਦੇ ਲਾਟਰੀ ਨੰਬਰ ਦੇ ਮਾਹਿਰ ਧੋਖਾ ਖਾਦੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ ਪੰਡਿਤ ਰਾਕੇਸ਼ ਜੀ ਸੰਪਰਕ ਕਰੋ 83607 99607 83607 89607